ਕੈਨੇਡਾ ਗਏ ਸੀ, ਉੱਥੇ ਦੇ ਰੇਡੀਓ ਵਾਲੇ ਥੋੜ੍ਹਾ ਖਰਾਬ ਸਵਾਲ ਪੁੱਛੇ ਜਿਹੜਾ ਪੁੱਛ ਲਿਆ ਕਹਿੰਦਾ ਜੀ ਮੈਂ ਕਿਹਾ ਵੀ ਤੁਸੀਂ ਨਸ਼ੇ ਬਹੁਤ ਕਰਦੇ ਹੋ। ਮੈਂ ਕਿਹਾ ਵੀ ਕਹਿੰਦੇ ਬਾਰੇ ਕਈ ਵਾਰੀ ਕਹਿ ਚੁੱਕਿਆ ਵੀ ਏਦਾਂ ਦਾ ਕੋਈ ਮਸਲਾ ਨਹੀਂ। ਜਵਾਨ ਮੁੰਡਾ ਸੀ, ਮੈਂ ਕਿਹਾ ਦੋ ਕੰਮ ਕਰਦੇ ਆ, ਭੱਜ ਕੇ ਦੇਖ ਲੈ ਮੇਰੇ ਨਾਲ ਭਾਈ, ਨੱਚ ਕੇ ਦੇਖ ਲੈ, ਗਾ ਕੇ ਦੇਖ ਲੈ, ਘੁੜ ਕੇ ਦੇਖ ਲੈ। ਜੇ ਚਾਰੇ ਕੰਮ ਨਹੀਂ ਕਰ ਸਕਦਾ ਤਾਂ ਮਤਲਬ ਨਸ਼ੇ ਨਹੀਂ ਹੋਇਆ। ਮੇਰਾ ਬਲੱਡ ਲੈ ਲਓ, ਦੁਨੀਆਂ ਦੇ ਕਿਸੇ ਵੀ ਡਾਕਟਰ ਕੋਲ ਚੈੱਕ ਕਰਾ ਲਓ, ਜੇ ਇਹਦੇ ਜੇ ਫੇਕ ਜਾਂ ਅਸੀਂ ਕੋਈ ਨਿਕਲਿਆ ਹੈ ਤਾਂ ਤੁਸੀਂ ਬਿਲਕੁਲ ਗੋਲੀ ਮਾਰ ਦੀ ਭਾਈ, ਨਹੀਂ ਤਾਂ ਫਿਰ ਤੁਸੀਂ ਤਿਆਰ ਹੋ ਜਾਓ ਭਾਈ। ਉਹ ਦੁਨੀਆਂ ਦੇ ਸਾਰੇ ਬੱਚੇ ਬੜੇ ਜੀਵ ਹੈ, ਇੱਕ ਵਾਰੀ ਜੀ ਹਮਾਰ ਕਰ ਦਿੰਦੇ ਹੈ। ਇਹ ਕਲੀਅਰ ਹੈ ਕਿ ਸਾਡੇ ਪਿੰਡ ਦੇ ਲੋਕ ਸ਼ਰਾਬ ਬਹੁਤ ਪੀਂਦੇ ਹੈ। ਮੈਂ ਉਹਨਾਂ ਦੀ ਪ੍ਰਸ਼ੰਸਾ ਇਸ ਲਈ ਕਰਦਾ ਕਿ ਜਦੋਂ ਬੜਾ ਪੀਕ ਦੇ ਪੰਜਾਬ ਦੇ ਹਾਲਾਤ ਖਰਾਬ ਸੀ ਤਾਂ ਸਾਡੇ ਪਿੰਡ ਚੌਕੀ ਵਿਖਾ ਸੀ ਸੀ ਆਰ ਪੀ ਦੀ, ਉਹਨਾਂ ਨੂੰ ਫੌਜ ਲੱਗ ਗਈ। ਇੱਥੇ ਅਫਸਰ ਨੂੰ ਕਹਿੰਦੇ ਸੀ ਮਾੜਾ ਜਿਹਾ ਬੈਗ ਤੱਕ ਭੇਜੀ ਮਰਿੰਡੇ, ਉੱਥੇ ਇੱਕ ਹੋਰ ਇਲਾਕਾ ਸੀ ਉੱਥੋਂ ਫਿਰ ਵਾਪਸ ਕਿਰਾਇਆ ਨਹੀਂ ਲੱਗਦਾ, ਹਰੇਕ ਪੀ ਕੇ ਦੱਸਦਾ। ਸੋ ਉਹਨਾਂ ਨੂੰ ਦੱਸ ਦਿੱਤਾ ਕਿ ਸਾਡਾ ਪਿੰਡ ਜ਼ਰੂਰ ਇੱਦਾਂ ਦਾ, ਪਰ ਇਹ ਕੋਈ ਜ਼ਰੂਰ ਨਹੀਂ ਹੁੰਦਾ ਕਿ ਹਰ ਸ਼ਖਸ ਨਸ਼ਾ ਤੋਂ ਵੈਸੇ ਕਹਿੰਦੇ ਨਾਲ ਤੁਹਾਡੇ ਸਾਹਿਬ ਚੜ੍ਹੀ ਰਹੇ ਦੇ ਦਰ ਲੱਭ ਸੁਣੇਗੀ। ਹੱਥ ਚੱਪ ਕੇ ਆਹ ਨੀ ਬੜੇ ਕੱਠ ਜਿਹੜੇ